के पटियाला में आज देर रात एक घर में चोरी की नीयत से घुसे लुटेरों और मोहल्ला निवासियों के बीच हुई गोलाबारी में एक नामालूम लुटेरा मारा गया, जबकि उसके चार साथी भागने में सफल हो गए। फिलहाल पुलिस ने मामला दर्ज कर मरे आरोपी की पहचान के लिए कार्यवाही शुरू कर दी है, जबकि इस घटना के एक बार फिर पटियाला में आम लोगों की सुरक्षा पे सवाल ये निशान लगा दिए हैं। पटियाला के रिहायशी इलाकों में जुर्म की घटनाएं रुकने का नाम नहीं ले रही। ताजा घटना कल देर रात न्यू ऑफिसर कॉलोनी के पास की है, जहां लुटेरों ने गुरजंट सिंह नामक शख्स, जो अपनी पत्नी और 2.5 साल के बेटे के साथ रहता है, के घर में 4-5 लुटेरे लूट की नीयत से घुस गए थे, जिनके द्वारा घर का गेट बंद करने से गुरजंट सिंह आंख खुल गई और उन्होंने अंदर से अपने पड़ोसियों को इस बारे में फोन पर बता दिया। इकट्ठा हुए पड़ोसियों ने जब लुटेरों को ललकारा तो एक लुटेरे ने उन पे गोली चला दी, और जब पड़ोसियों ने आत्मरक्षा में लुटेरे पे गोली चलाई तो लुटेरा मर गया, जबकि बाकी के घर के ओछे से भाग गए। इस बारे में पुलिस का कहना है कि लोगों ने आत्म सुरक्षा के मकसद से गोली चलाई है और आरोपी की पहचान के लिए कार्यवाही की जा रही है। गुरजंट सिंह जी ਜੀ ਤਕਰੀਬਨ 2 ਵਜੇ ਖੜਕਾ ਜਿਹਾ ਹੋਇਆ ਸੀਗਾ ਜੀ ਬਾਹਰ, ਅਤੇ ਇਹਨਾਂ ਨੂੰ ਸਾਨੂੰ ਲੱਗਿਆ ਵੀ ਕੋਈ ਵੈਸੇ ਹੋਇਆ, ਅਤੇ ਜਦ ਪਤਾ ਲੱਗਿਆ ਵੀ 4-5 ਜਣੇ ਸਾਡਾ ਦਰਵਾਜ਼ਾ ਵੱਟ ਕੇ ਵੀ ਅੰਦਰ ਵੜ ਗਏ ਜੀ, ਵੀ ਅਸੀਂ ਰੋਲਾ ਨਹੀਂ ਪਾਇਆ ਹੈਗਾ, ਵੀ ਜੇ ਅਸੀਂ ਰੋਲਾ ਪਾਉਂਦੇ ਵੀ ਕੀ ਵੀ ਸਾਨੂੰ ਮਾਰ ਦਿੰਦੇ ਜੀ, ਹੈ ਨਾ ਜੀ, ਕੁਛ ਵੀ ਸੀ ਕਰ ਸਕਦੇ ਸੀਗੇ, ਰਾੜਾ ਰੂੜਾ ਸੀਗੇ, ਕਿਰਚਾ ਵਗੈਰਾ ਵੀ ਸੀਗੇ ਉਹਨਾਂ ਹੋਣੀਆਂ ਜੀ ਉਹਨਾਂ ਕੋਲ, ਜਿਹੜੇ ਵੜ ਗਏ ਅੰਦਰ ਆ ਕੇ, ਅਤੇ ਇਹਨਾਂ ਨੇ ਸਾਨੂੰ ਬਾਹਰੋਂ ਲੋਕ ਕਰਤਾ ਜੀ, ਅਤੇ ਅਸੀਂ ਫਿਰ ਆਪਣੇ ਗਵਾਂਢੀਆਂ ਨੂੰ ਫੋਨ ਕੀਤਾ ਜੀ ਵੀ ਐਂ ਕਰਕੇ ਵੀ ਕੋਈ ਅੰਦਰ ਵੜ ਗਿਆ ਸਾਡੇ, ਅਤੇ ਉਹ ਉਹਨਾਂ ਕੋਲ ਉਹਨਾਂ ਕੋਲ ਰਫਲਰ ਵਗੈਰਾ ਸੀਗੇ 12 ਬੋਰ, ਉਹ ਲੈ ਕੇ ਆ ਗਏ, ਉਹਨਾਂ ਨੇ ਆਵਾਜ਼ ਬੂਝ ਮਾਰੀ ਵੀ ਕਹਿ ਰਹੇ ਵੀ ਅੰਦਰ ਦੇਖਦੇ ਹਾਂ ਕੌਣ ਹੈ, ਅਤੇ ਜਦੋਂ ਉਹਨਾਂ ਨੇ ਫਾਇਰ ਉਹਨਾਂ ਨੇ ਬਾਹਰ ਇੱਕ ਹਵਾਈ ਫਾਇਰ ਕੀਤਾ ਜੀ, ਅਤੇ ਜਿਹੜਾ ਇੱਕ ਜਣਾ ਸੀਗਾ ਤਾਂ ਬਾਹਰ ਨੂੰ ਭੱਜ ਲਿਆ ਜੀ, ਇਹਦੇ ਹੱਥ 'ਚ ਰੋਡ ਸੀਗੀ ਜੀ, ਅਤੇ ਜਿਹੜੇ 4 ਜਣੇ ਸੀਗੇ 3 ਸੀ ਇਹ ਨਹੀਂ ਪਤਾ ਜੀ, ਉਹ ਸਾਡੇ ਉੱਪਰ ਨੂੰ ਛੱਤ ਨੂੰ ਮਤਲਬ ਪਿੱਛੇ ਭੱਜ ਗਏ, ਸਾਡੇ ਪਿੱਛੇ ਝੁੱਗੀ ਵਾਲੇ ਰਹਿੰਦੇ, ਉਹਨਾਂ ਨੇ ਦੱਸਿਆ ਸਾਨੂੰ ਵੀ ਇੱਧਰ ਨੂੰ ਬੰਦੇ ਭੱਜੇ ਸੀਗੇ, ਅਤੇ ਇਹ ਜਿਹੜਾ ਬੰਦਾ ਜਿਹਨੂੰ ਗੋਲੀ ਲੱਗੀ ਹੈ ਜੀ, ਇਹਨੇ ਮਤਲਬ ਰਾੜ ਫੜੀ ਹੋਈ ਸੀ, ਰਾੜ ਮਾਰਨ ਲੱਗਿਆ ਸੀਗਾ ਜੀ ਬਾਹਰ, ਜਿਹੜਾ ਬੰਦਾ ਖੜਾ ਸੀ ਉਹਦੇ ਉਹਦੇ ਉਹਨੇ ਫਾਇਰ ਮਾਰਿਆ ਥੱਲੇ ਨੂੰ ਜੀ, ਉਹਦੀ ਗੋਲੀ ਲੱਗ ਗਈ, ਹਾਂਜੀ ਬਚਾਓ ਹੋ ਗਏ, ਚੋਰ ਵੀ ਐਂ ਨਹੀਂ ਸਾਨੂੰ ਚੈੱਕ ਨਹੀਂ ਕੀਤਾ ਸੀ, ਕਿਸੇ ਚੀਜ਼ ਨੂੰ ਹੱਥ ਨਹੀਂ ਲਾਇਆ ਜੀ, ਸਾਨੂੰ ਕਿਹਾ ਸੀਗਾ ਮੁਲਾਜ਼ਮਾਂ ਨੇ ਵੀ ਕਿਸੇ ਚੀਜ਼ ਨੂੰ ਹੱਥ ਨਹੀਂ ਲਾਉਣਾ ਤੁਸੀਂ, ਅਸੀਂ ਕੋਈ ਚੈੱਕ ਨਹੀਂ ਕੀਤਾ ਵੀ ਸਾਡਾ ਕੀ ਚੱਕਿਆ ਕੀ ਨਹੀਂ ਹੈ ਜੀ, ਕੌਣ ਸੀਗਾ ਉਸ ਟਾਈਮ, ਘਰ ਮੈਂ ਮੇਰਾ ਬੇਟਾ ਮੇਰੀ ਵਾਈਫ, ਅਸੀਂ ਤਿੰਨੇ ਰਹਿੰਦੇ ਜੀ ਇੱਥੇ, ਬੇਟਾ ਕਿੰਨੇ ਸਾਲ, 2.5 ਸਾਲ ਦਾ ਬੇਟਾ ਜੀ, ਯੂਨੀਵਰਸਿਟੀ ਦੇ ਓਪੋਜ਼ਿਟ ਸਾਈਡ 'ਤੇ ਇੱਕ 66 ਫੁੱਟੀ ਰੋਡ ਦੇ ਉੱਪਰ ਇੱਕ ਕਾਲੋਨੀ ਨਿਊ ਪ੍ਰੋਫੈਸਰ ਕਾਲੋਨੀ ਹੈ, ਉਹਦੇ ਵਿੱਚ ਗੁਰਜੰਟ ਸਿੰਘ ਨਾਂ ਦਾ ਵਿਅਕਤੀ ਦਾ ਉੱਥੇ ਮਕਾਨ ਬਣਾ ਕੇ ਜੋ ਰਹਿ ਰਿਹਾ, ਰਾਤ ਕਰੀਬ 2 ਵਜੇ ਦੇ ਕਰੀਬ ਕੋਈ ਅਨਨੋਨ 4-5 ਬੰਦਿਆਂ ਨੇ ਆ ਕੇ ਉਹਦੇ ਦਰਵਾਜ਼ਾ ਖੜਕਾਇਆ, ਤੋੜਨਾ ਸ਼ੁਰੂ ਕੀਤਾ, ਤਾਂ ਉਹਨੂੰ ਜਦੋਂ ਰੌਲਾ ਸੁਣਿਆ ਤਾਂ ਉਹ ਅੰਦਰ ਸੁੱਤਾ ਹੋਇਆ ਸੀ, ਤਾਂ ਉਹਨੂੰ ਸ਼ੱਕ ਹੋਇਆ ਕਿ ਬਾਹਰ ਕੋਈ ਜਿਹੜੇ ਹੈਗੇ ਨੇ ਕੋਈ ਬੰਦੇ ਲੱਗਦੇ ਆ, ਤਾਂ ਇਨਤਨੇ ਚਿਰ ਦੇ ਵਿੱਚ ਜਿਹੜੇ ਅਨਨੋਨ ਬੰਦੇ ਸੀ ਉਹਨਾਂ ਨੇ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋ ਗਏ, ਦਾਖਲ ਹੋਣ ਤੋਂ ਬਾਅਦ ਉਸਨੇ ਕੁੰਡੀ ਲਗਾ ਕੇ ਉਸਨੂੰ ਅੰਦਰ ਬੰਦ ਕਰ ਦਿੱਤਾ, ਤਾਂ ਗੁਰਜੰਟ ਸਿੰਘ ਨੇ ਮੋਬਾਈਲ ਫੋਨ ਪਰ ਆਪਣੇ ਦੋਸਤਾਂ ਨੂੰ ਬਾਹਰ ਜਿਹੜੇ ਗੁਆਂਢ ਦੇ ਵਿੱਚ ਰਹਿੰਦੇ ਸੀ ਉਹਨਾਂ ਨੂੰ ਫੋਨ ਕੀਤਾ ਕਿ ਅਤੇ ਘਟਨਾ ਬਾਰੇ ਦੱਸਿਆ, ਜਦੋਂ ਘਟਨਾ ਬਾਰੇ ਇਨਫੋਰਮ ਕੀਤਾ ਤਾਂ ਜਿਹੜੇ ਗੁਆਂਢੀ ਰਜੇਸ਼ ਕੁਮਾਰ ਅਤੇ ਪ੍ਰਤਾਪ ਸਿੰਘ ਵਗੈਰਾ ਆਪਣੀਆਂ ਲਾਇਸੈਂਸੀ 12 ਬੋਰ ਗਨ ਲੈ ਕੇ ਉਹਨਾਂ ਨੇ ਬਾਹਰੋਂ ਆ ਕੇ ਉਹਦੀ ਮਦਦ ਵਾਸਤੇ ਘਰ ਦੇ ਬਾਹਰ ਪਹੁੰਚੇ, ਤਾਂ ਲੁਟੇਰਿਆਂ ਨੇ ਉਹਨਾਂ ਦੇ ਉੱਪਰ ਵੀ ਫਾਇਰ ਮਾਰ ਦੇਣ ਦੀ ਨੀਤ ਨਾਲ ਫਾਇਰ ਕੀਤਾ, ਜੋ ਰਜੇਸ਼ ਕੁਮਾਰ ਨੇ ਆਪਣੇ ਬਚਾਅ ਦੀ ਖਾਤਰ ਅਤੇ ਗੁਰਜੰਟ ਸਿੰਘ ਦੇ ਪਰਿਵਾਰ ਦੇ ਬਚਾਉਣ ਦੀ ਖਾਤਰ ਲੁਟੇਰਿਆਂ ਦੇ ਉੱਪਰ 12 ਬੋਰ ਲਾਇਸੈਂਸੀ 12 ਬੋਰ ਦੇ ਨਾਲ ਫਾਇਰ ਕੀਤਾ, ਜਿਸ ਦੇ ਨਾਲ ਇੱਕ ਲੁਟੇਰਾ ਜਵਾਨ ਪਛਾਤਾ ਲੁਟੇਰਾ ਉਹਦੀ ਮੌਕੇ 'ਤੇ ਹੀ ਮੌਤ ਹੋ ਗਈ ਆ, ਮੁਕੱਦਮਾ ਦਰਜ ਕਰਕੇ ਤਫਤੀਸ਼ ਜਾਰੀ ਆ। ਚੋਰੀ ਦੀ ਹਾਲੇ ਪੜਤਾਲ ਕਰ ਰਹੇ ਹਾਂ, ਕਿ ਸਮਾਨ ਦੇ ਜਿਹੜਾ ਹੈਗਾ ਅੰਦਰ ਉਹਨਾਂ ਦੇ ਐਵੀਡੈਂਸ ਹੈਗੀ ਆ ਕਿ ਉਹਨਾਂ ਨੇ ਕਾਫੀ ਸਮਾਨ ਖਿਲਾਰਿਆ ਹੋਇਆ ਸੀ, ਖਿਲਰਿਆ ਹੋਇਆ ਸੀ, ਤਾਂ ਉਹਦੀ ਹਾਲੇ ਜਿਹੜੀ ਹੈਗੀ ਆ ਅਸੀਂ ਪੜਤਾਲ ਡੂੰਘਾਈ 'ਚ ਕਰ ਰਹੇ ਹਾਂ। ਇਲੈਕਸ਼ਨ ਕੋਲ ਹੈਗੀ ਨੇ ਅਸਲਾ, ਹਜੇ ਵੀ ਲੋਕਾਂ ਨੇ ਹਜੇ ਤੱਕ ਜਮ੍ਹਾਂ ਨਹੀਂ ਕਰਾਇਆ ਉਹਦੇ ਬਾਰੇ, ਜਿਵੇਂ ਕਿ ਇਸ ਇਹਨਾਂ ਨੇ ਯੂਜ਼ ਕੀਤਾ ਅਸਲਾ ਉਹਦੇ ਬਾਰੇ। ਅਸਲਾ ਜਿਹੜਾ ਹੈਗਾ ਉਹਨਾਂ ਨੇ ਆਪਣੀ ਪ੍ਰੋਟੈਕਸ਼ਨ ਵਾਸਤੇ ਯੂਜ਼ ਕੀਤਾ ਆ, ਅਤੇ ਲੋਕਾਂ ਨੂੰ ਜਿਹੜੀ ਹੈਗੀ ਇਲੈਕਸ਼ਨ ਕਮਿਸ਼ਨ ਦੀਆਂ ਜੋ ਹਦਾਇਤਾਂ ਹੈਗੀਆਂ ਉਹਨਾਂ ਮੁਤਾਬਕ ਜਮ੍ਹਾਂ ਕਰਵਾ ਰਹੇ ਹਾਂ, ਬਟ ਇਹਦੇ ਵਿੱਚ ਜਿਹੜਾ ਹੈਗਾ ਕੋਈ ਮਿਸਯੂਜ਼ ਨਹੀਂ ਹੋਇਆ, ਉਹਨਾਂ ਨੇ ਆਪਣੀ ਸੈਲਫ ਪ੍ਰੋਟੈਕਸ਼ਨ ਵਾਸਤੇ ਕੀਤਾ, ਜੋ ਇੱਕ ਲਾਇਸੈਂਸ ਬਣਾਉਣ ਦਾ ਪਰਪਸ ਉਹਨੂੰ।